ਹੁਸ਼ਿਆਰਪੁਰ ਸ਼ਹਿਰ ਦੀ ਨਾਮੀ ਮਠਿਆਈ ਦੀ ਦੁਕਾਨ ਬੰਗਾਲੀ ਸਵੀਟ ਸੈਂਟਰ ਤੇ ਉਸ ਸਮੇਂ ਮਾਹੌਲ ਤੋਂ ਨਾ ਪੂਰਨ ਹੋ ਗਿਆ ਜਦੋਂ ਦੁਕਾਨ ਦੇ ਬਾਹਰ ਲੱਗੇ ਗੋਲ ਗੱਪਿਆਂ ਦੇ ਸਟਾਲ 'ਚ ਗ੍ਰਾਹਕ ਨੇ ਸੁਸਰੀਆਂ ਨਿਕਲਦੀਆਂ ਦੇਖੀਆਂ, ਜਿਸ ਤੋਂ ਬਾਅਦ ਗੁੱਸੇ 'ਚ ਆਈ ਗ੍ਰਾਹਕ ਵੱਲੋਂ ਉੱਥੇ ਹੀ ਦੁਕਾਨ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਉੱਥੇ ਲੋਕਾਂ ਦਾ ਵੱਡਾ ਹਜੂਮ ਇਕੱਠਾ ਹੋ ਗਿਆ। ਇਸ ਦੌਰਾਨ ਗੁੱਸੇ 'ਚ ਆਏ ਗ੍ਰਾਹਕ ਨੇ ਵੀ ਸਿਹਤ ਵਿਭਾਗ 'ਤੇ ਨਿਸ਼ਾਨਾ ਖੜ੍ਹੇ ਕਰਦੇ ਕਿਹਾ ਕਿ ਇੱਕ ਪਾਸੇ ਤਾਂ ਮਹਿਕਮੇ ਵੱਲੋਂ ਲੋਕਾਂ ਨੂੰ ਸਾਫ਼ ਸੁਥਰੀ ਚੀਜ਼ਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰੰਤੂ ਦੂਜੇ ਪਾਸੇ ਹੀ ਮਹਿਕਮੇ ਵੱਲੋਂ ਵੱਡੀਆਂ ਵੱਡੀਆਂ ਦੁਕਾਨਾਂ 'ਤੇ ਛਾਪੇਮਾਰੀ ਨਾ ਕਰਨਾ ਵੀ ਸਵਾਲ ਖੜ੍ਹੇ ਕਰ ਦਿੰਦੀਆਂ ਹਨ। ਦੂਜੇ ਪਾਸੇ ਦੁਕਾਨ ਮਾਲਕ ਨੇ ਆਪਣਾ ਪੱਲਾ ਝਾੜਦੇ ਕਿਹਾ ਕਿ ਉਹਨਾਂ ਦਾ ਗੋਲ ਗੱਪਿਆਂ ਦੇ ਸਟਾਲ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਹੁਣ ਉਹਨਾਂ ਵੱਲੋਂ ਸਟਾਲ ਨੂੰ ਇੱਥੋਂ ਹਟਾ ਦਿੱਤਾ ਜਾਵੇਗਾ। हमारा कोई टेंशन इससे है, चलो तो आगे खड़ा होता कोई गरीब रोटी खा रहा, तो हमने कहा भाई अच्छे माल भेजना, कुदरती इसको खुशी आ गई है तो उसके लिए सुबह से भेज रहे हो, कल भी बेचे होंगे? नहीं नहीं, लगे ही आज, कल इतने बाद लगे, मतलब ऐसी बात नहीं, लोग ना गांव से आ रही है, हमने इसको मना कर दिया भाई, हमारा आगे लगाना तो अजी है, मैं कल भी खा के गया जी, हमारा परसों भी खा के गया, इससे कोई ताल्लुका नहीं, बोल दो हमारा कोई काला आगे जो खड़ा होता है, हमने उसको कह दिया भाई तुम्हें आगे हटा ले और ये कल से हटा देंगे। लकड़ी बाहर ही है ये तो सीधा खुलवाड़ है जी, अपने आप को देखना, हमने आगे गोलगप्पा हमने उनको कह दिया, कैमरा बेजाल भी करेगा मेरा, तो हमने उनको बोल दिया भाई हमारी यहाँ नहीं रखना, हमने रखा नहीं। सर गुड नाइट जी, अपना फोर बजे गुड नाइट प्रेम सर, ਭਾਜੀ ਅੱਜ ਅਸੀਂ ਇੱਥੇ ਨਾ ਬੰਗਾਲੀ ਸਵੀਟ ਵਾਲਿਆਂ ਦੇ, ਜਿਹੜੀ ਕਿ ਮਸ਼ਹੂਰ ਬੰਗਾਲੀ ਸਵੀਟ ਵਾਲੇ, ਜਿਹਦੀ ਕਿ ਮਠਿਆਈ ਦੀ ਸਾਰੇ ਲੋਕ ਗਰੰਟੀ ਦਿੰਦੇ ਨੇ, ਹਰ ਚੀਜ਼ ਦੀ ਗਰੰਟੀ ਦਿੰਦੇ ਨੇ। ਅਸੀਂ ਇੱਥੇ ਗੋਲਗੱਪੇ ਖਾਣ ਆਏ ਸੀ, ਗੋਲਗੱਪੇ ਜਦੋਂ ਅਸੀਂ 2-3 ਖਾ ਚੁੱਕੇ, ਉਸ ਤੋਂ ਬਾਅਦ ਵੀ ਸਾਨੂੰ ਪਤਾ ਲੱਗਾ ਵੀ ਉਸ ਤੋਂ ਬਾਅਦ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਵੀ ਇਹਦੇ ਵਿੱਚ ਸੁਸਰੀਆਂ ਆ ਰਹੀਆਂ। ਜਦੋਂ ਅਸੀਂ ਉਹਨਾਂ ਬੰਦਿਆਂ ਨੂੰ ਕਿਹਾ ਵੀ ਇਹ ਸੁਸਰੀਆਂ ਆ ਰਹੀਆਂ, ਫਿਰ ਉਸੇ ਨੇ ਫਟਾਫਟ ਇਹ ਚੀਜ਼ਾਂ ਗੋਲਗੱਪੇ ਚੱਕ ਕੇ ਸਾਡੇ ਸੁੱਟਣੇ ਸ਼ੁਰੂ ਕਰਤੇ। ਉਹਨਾਂ ਨੂੰ ਅਸੀਂ ਉਹਦੇ ਵਿੱਚੋਂ ਪਰ ਆਪਾਂ ਸੁਸਰੀਆਂ ਕੱਢ ਲਈਆਂ, ਜੋ ਕਿ ਆਪਾਂ ਨੂੰ ਦਿਖਾਈਆਂ ਵੀ ਹੈ। ਔਰ ਮੈਂ ਇਹ ਕਹਿਣਾ ਪਿਆ ਵੀ ਜਿਹੜੇ ਸਿਵਲ ਸਰਜਨ ਆ ਜਾਂ DHO ਹੈਗੇ ਆ, ਉਹ ਇਹਨਾਂ ਦੇ ਉੱਤੇ ਰੇਟ ਕਿਉਂ ਨਹੀਂ ਪਾਉਂਦੇ? ਇਹ ਵੱਡੀਆਂ ਵੱਡੀਆਂ ਦੁਕਾਨਾਂ ਦੇਖ ਕੇ ਉਹ ਇਸ ਵਜ੍ਹਾ ਕਰਕੇ ਚੁੱਪ ਜਾਂਦੇ ਵੀ ਇਹ ਵੱਡੇ ਵੱਡੇ ਹੈਗੇ ਸਰਮਾਏਦਾਰ ਬੰਦੇ, ਤਾਂ ਕਰਕੇ ਇਹਨਾਂ ਦੇ ਰੇਟ ਨਹੀਂ ਪਾਉਂਦੇ, ਜਦਕਿ ਇੱਥੇ ਲੋਕਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਉਹਨਾਂ ਦੀ ਜ਼ਿੰਦਗੀਆਂ ਨਾਲ। ਈਵਨ ਅੱਜ ਦੇ ਟਾਈਮ ਦੇ ਵਿੱਚ ਕਰੋਨੇ ਵਰਗੀ ਬਿਮਾਰੀ ਚੱਲ ਰਹੀ ਆ, ਲੋਕ ਹੱਥ ਧੋ ਕੇ ਹਰ ਚੀਜ਼ ਦੇ ਰਹੇ ਨੇ, ਔਰ ਇੱਥੇ ਕੀ ਸਿਸਟਮ ਹੋ ਰਿਹਾ? ਇੱਥੇ ਲੋਕਾਂ ਨੂੰ ਸੁਸਰੀਆਂ ਖਵਾਈਆਂ ਜਾ ਰਹੀਆਂ ਨੇ, ਔਰ ਕਿਸੇ ਤਰ੍ਹਾਂ ਦੀ ਕੋਈ ਵੀ ਕੇਅਰ ਨਹੀਂ ਕੀਤੀ ਜਾ ਰਹੀ। ਦੁਕਾਨ ਮਾਲਕ ਨਾਲ ਗੱਲ ਕੀਤੀ ਤੇ ਕੀ ਕਹਿੰਦੇ? ਦੁਕਾਨ ਮਾਲਕ ਜੀ ਸੌਰੀ ਮੰਗ ਰਹੇ ਸੀ, ਗਲਤੀ ਆਪਣੀ ਮੰਨ ਰਹੇ ਸੀ, ਠੀਕ ਹੈ ਜੀ। ਉਹ ਕਹਿੰਦੇ ਅਸੀਂ ਚੀਜ਼ਾਂ ਖਾਲੀ ਕਰਵਾ ਦਿੰਦੇ ਹਾਂ, ਉਹਨਾਂ ਨੇ ਹੁਣ ਤੁਸੀਂ ਕੈਬਨ ਦੇਖ ਰਹੇ ਹੋ ਜੀ, ਇੱਥੇ ਕੈਬਨ ਤੁਸੀਂ ਦਿਖਾਓ ਇਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਰਾਹੀਂ, ਔਰ ਉਹਨਾਂ ਨੇ ਸਾਰਾ ਸਮਾਨ ਇੱਥੋਂ ਚੱਕ ਲਿਆ ਜੀ। ਕਿਹੜੇ ਕਿਹੜੇ ਗੋਲਗੱਪੇ ਖਾਧੇ? ਈਵਨ ਮੈਂ ਔਰ ਮੇਰੀ ਵਾਈਫ ਨੇ ਗੋਲਗੱਪੇ ਇੱਥੇ ਖਾਧੇ ਨੇ ਜੀ, ਔਰ ਜਦੋਂ ਇਹ ਗੋਲਗੱਪੇ ਖਾਣ ਤੋਂ ਬਾਅਦ ਦੂਜੇ ਬੰਦਿਆਂ ਨੇ ਵੀ ਗੋਲਗੱਪੇ ਇੱਥੇ ਖਾਧੇ ਆ, ਉਹਨਾਂ ਬੰਦਿਆਂ ਨੂੰ ਵੀ ਜਦੋਂ ਇਹ ਸੁਸਰੀਆਂ ਸਾਹਮਣੇ ਨਜ਼ਰ ਆਈਆਂ, ਉਹਨਾਂ ਨੇ ਉਸੇ ਵੇਲੇ ਇਹ ਦਿਖਾਈਆਂ ਇਹਨਾਂ ਨੂੰ, ਅਤੇ ਇਹਨਾਂ ਨੇ ਆਪਣੀ ਗਲਤੀ ਰਿਲਾਈਜ਼ ਕੀਤੀ, ਗਲਤੀ ਮੰਨ ਰਹੇ ਆ, ਔਰ ਕਹਿੰਦੇ ਕਹਿੰਦੇ ਤੁਸੀਂ ਛੱਡੋ ਕੋਈ ਗੱਲ ਨਹੀਂ, ਗਲਤੀ ਹੋ ਗਈ ਸਾਡੇ। ਸਰ ਗਲਤੀ ਹੋ ਗਈ ਕੀ ਮਤਲਬ? ਕਿਸੇ ਦੀ ਜ਼ਿੰਦਗੀ ਦੇ ਨਾਲ ਇਹ ਖਿਲਵਾੜ ਕਰ ਰਹੇ ਨੇ, ਜ਼ਿਆਦਾ ਇਹ ਸਾਨੂੰ ਲਿਖ ਕੇ ਦੇ ਦੇਣ, ਹਾਂਜੀ ਕੋਈ ਬੰਦਾ ਇਹਨਾਂ ਦੇ ਗੋਲਗੱਪੇ ਖਾਣ ਤੋਂ ਬਾਅਦ ਬਿਮਾਰ ਹੁੰਦਾ, ਉਹਦੀ ਜ਼ਿੰਮੇਵਾਰੀ ਇਹੀ ਚੱਕਣਗੇ, ਇਹ ਸਾਨੂੰ ਕਿਸੇ ਦੀ ਇਸ ਤਰੀਕੇ ਨਾਲ ਸਾਨੂੰ ਸੈਟਿਸਫਾਈ ਕਰਾਉਣ ਵੀ ਹਾਂਜੀ ਤੁਹਾਡੇ ਗੋਲਗੱਪੇ ਖਾਣ ਤੋਂ ਬਾਅਦ ਸਾਡਾ ਕੋਈ ਬੰਦਾ ਬਿਮਾਰ ਹੁੰਦਾ ਜਾਂ ਕੋਈ ਕਿਸੇ ਬੱਚਾ ਬਿਮਾਰ ਹੁੰਦਾ, ਉਹਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਤੁਹਾਡੀ ਕੀ ਰਿਐਕਸ਼ਨ ਕੀ ਤੁਹਾਡਾ? ਮੈਂ ਸਰ ਆਇਆ ਹੁਣ, ਕੱਲ੍ਹ ਅਸੀਂ ਸਿਵਲ ਸਰਜਨ SMO ਸਾਹਿਬ ਨੂੰ ਅਸੀਂ ਮਿਲਾਂਗੇ, DHO ਨੂੰ ਮਿਲਾਂਗੇ ਅਸੀਂ ਇਹਦੇ ਅਕੋਰਡਿੰਗ ਵੀ ਹਾਂਜੀ DHO ਸਾਹਿਬ ਇਹਨਾਂ ਦੇ ਉੱਤੇ ਇਹਨਾਂ ਦੀ ਜੋ ਵੀ ਹੈਗੀ ਆ ਉਹ ਤਰੀਕੇ ਨਾਲ ਇਹਨਾਂ ਦੀ ਜਾਂਚ ਪੜਤਾਲ ਕਰਕੇ ਇਹਨਾਂ ਦੇ ਜੋ ਬਣਦੀ ਕਾਰਵਾਈ ਕੀਤੀ ਆ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ, ਲਾਈਵ ਭਾਰਤ।